मैं ना चला चाचे वाल मेडिकल जानी जरा चाचा कह के गया ही गल करवाइए करी आप मैं वेखाइए पता लग जाता धड़कन धुड़कन का मेरे पुत नू अगे लागे सारे काम कराउन दिया मैनू बड़ा ही चंगा वा वेख ला कि सारे काम कर लिया जे कोई कमी पेशी हो दवाई खा ला कदे हो जूगा कैम चल पुत्र मगर चार चुन के काम करा दे तेन शीशा नहीं कोई नी हूं बस आने ही वाला भी डॉक्टर ने मेरी गल हुई कि आ जाओ तुम अद्धे घंटे तक चल मैं वेखदा दो मिनट करदा मैं फिर आप ही जाना न्याणा ही हरे गए मैं थोड़ा काम पै गया मैं पट्ठे पा गया लैंड अंदर चल फिर चलो टाइम होया वा आहो चलो हो ही यार मुड़ के बैठे चल गए ते फिर की फायदा चाय पानी लेवा नहीं नहीं चाय पानी आ गए चल
ਡੰਗਰਾਂ ਨੇ ਵੇਖ ਆਉਂ ਬਾਹਰੋਂ ਮਾੜਾ ਜਿਹਾ ਚਾਚੇ ਤੇਰੇ ਨੇ ਕਹਿਣਾ ਨੀ ਕੁਛ ਹੁਣ ਜਰਾ ਬੁਰਿਆ ਜਿਹਾ ਲੱਗੀਦਾ ਵਾ ਬਥੇਰੀ ਵਿਚਾਰਾ ਦੇਹਾ ਤੇਰੇ ਨਾਲ ਮਿਹਨਤ ਕਰਨ ਚਾਚਾ ਤੇਰਾ ਕਿਹੜਾ ਘੱਟ ਕਰਨ ਡਿਆ ਵਾ ਚਲੋ ਮੈਂ ਫਿਰ ਜਾਵਾਂ ਆਪਣੇ ਘਰ ਹੁਣ ਨਿੱਕੇ ਮੋਟੇ ਟੈਸਟ ਕਰਾ ਲੈਣੇ ਆ ਓਦਾਂ ਮੈਂ ਵੇਖ ਲਾ ਵਿਚਾਰਾ ਕਿੰਨਾ ਜ਼ੋਰ ਲਾਉਣ ਡਿਆ ਹੈ ਬਲੱਡ ਜਿਹਾ ਖੂਨ ਤੇ ਉਹ ਟੈਸਟ ਕਰਤਾ ਓਹਨੇ ਮੇਰਾ ਸਾਰਾ ਹਾਰਟ ਹੂਟ ਦਾ ਲੀਵਰ ਲੂਵਰ ਦਾ ਸਾਰਾ ਅੱਛਾ ਹਾਂ ਬਿਲਕੁਲ ਸਹੀ ਆ ਕਹਿੰਦਾ ਕੋਈ ਪ੍ਰੋਬਲਮ ਨੀ ਗੀ ਫਿਰ ਵੀ ਸਿਆਣਾ ਨਹੀਂ ਉਹ ਫਾਇਦਾ ਹੋ ਗਿਆ ਆਪਣਾ ਰੋਟੀ ਪਾਣੀ ਦੋ ਯਾਰ ਭੁੱਖ ਲੱਗੀ ਹੋਰ ਤੁਹਾਡਾ ਕੰਮ ਕਿੱਦਾਂ ਚੱਲਦਾ ਬਸ ਠੀਕ ਆ ਮੈਂ ਚਲਾਈ ਜਾਣ ਡਿਆ ਮਾੜਾ ਮੋਟਾ ਠੀਕ ਆ ਠੀਕ ਆ ਚੱਲ ਵਧੀਆ ਕੋਈ ਨਹੀਂ ਆਪਣਾ ਟਾਈਮ ਪਾਸ ਹੋਣ ਡਿਆ ਵਾ ਜਦੋਂ ਮੈਂ ਕਿਸੇ ਬੰਨੇ ਲੱਗ ਗਿਆ ਫਿਰ ਛੱਡ ਦੇਣਾ ਕਿਸ਼ਤ ਕੁਸ਼ਤ ਭਰੀ ਜਾਣ ਡਏ ਆ ਥੋੜਾ ਬਹੁਤਾ ਖਰਚਾ ਵਰਚਾ ਘਰ ਦਾ ਵੀ ਤੁਰਿਆ ਜਾਣ ਡਿਆ ਵਾ ਮੈਂ ਜਦੋਂ ਹੋ ਗਿਆ ਨਾ ਭਰਤੀ ਤੇ ਫਿਰ ਨਹੀਂ ਆਪਾਂ ਕਰਨਾ ਚੰਗੇ ਨਹੀਂ ਲੱਗੀਦਾ ਇਹ ਤੇ ਹੁਣ ਮਜਬੂਰੀ ਨੂੰ ਕਰਨ ਡਏ ਚੱਲ ਪੁੱਤ ਹੁਣ ਕੀ ਕਰਨਾ ਫਿਰ ਆਹੋ ਹੁਣ ਟਾਈਮ ਪਾਸ ਤੇ ਕਰਨਾ ਹੀ ਪੈਣਾ ਵਾ ਸਮਾਂ ਜੋ ਸਾਡੇ ਤੇ ਇਦਾਂ ਦਾ ਹੋਇਆ ਹੁਣ ਲਮੇ ਭਾਈ ਵੀਰ ਜੀ ਰਘਵੀਰ ਆ ਹੋਰ ਕਿੱਦਾਂ ਵਧੀਆ ਵਧੀਆ ਕੀ ਡਿਆ ਬਣਨਾ ਕੁਛ ਨੀ ਬਣਨਾ ਕਿ ਮੈਂ ਗਏ ਪਵਿੱਤਰ ਕਰਾਉਣ ਮੈਡੀਕਲ ਠੀਕ ਠਾਕ ਵਾ ਡਾਕਟਰ ਦਾ ਬਿਲਕੁਲ ਓਕੇ ਸਭ ਕੁਝ ਰਿਪੋਰਟਾਂ ਇਹਦੀਆਂ
ਆਹੋ ਜੇ ਕੋਈ ਗੱਲਬਾਤ ਹੋਵੇ ਤੇ ਮਾੜਾ ਮੋਟਾ ਪਤਾ ਲੱਗ ਹੀ ਜਾਂਦਾ ਨਹੀਂ ਨਹੀਂ ਮੈਂ ਤਾਂ ਕਹਿੰਦਾ ਰੂਹ ਨਾਲ ਚੈੱਕ ਕਰੀ ਜਾਂਦਾ ਗੱਲ ਹੀ ਕੋਈ ਨਹੀਂ ਤੇ ਮੁੰਡਾ ਫਿੱਟ ਪਾ ਪੂਰਾ ਚੱਲ ਵਧੀਆ ਕੀਤਾ ਤੂੰ ਲੈ ਕੇ ਆਂਦੇ ਹਾਂ ਸਾਰਾ ਕੁਝ ਚੈੱਕ ਕਰ ਲਿਆ ਵਾ ਚਲੋ ਮਹਾਰਾਜ ਕਿਤੇ ਕਿਰਪਾ ਕਰਦੇ ਹਾਂ ਆਹੋ ਚਲੋ ਹੁਣ ਗਾੜੀ ਦੀ ਕਿਸਮਤ ਵਾ ਇੱਥੋਂ ਤਾਂ ਆਪਣੇ ਤਸੱਲੀ ਪੂਰੀ ਆ ਬਿਲਕੁਲ ਬਸ ਕੰਮ ਤੋਂ ਮੈਂ ਹੁਣ ਚੱਲਿਆ ਵਾਂ ਅੱਛਾ ਇੱਥੇ ਆਇਆ ਮੈਂ ਚਲ ਪਤਾ ਕਰ ਆਵਾਂ ਹੈਲੋ ਸਤਿ ਸ਼੍ਰੀ ਅਕਾਲ ਅੱਛਾ ਸ਼ਿੰਦਾ ਹਾਂ ਬਤ ਅੱਛਾ ਠੀਕ ਹੈ ਚੱਲ ਕੋਈ ਨਹੀਂ ਪੁੱਤਰ ਇੱਥੇ ਬਾਹਰ ਗਿਆ ਮਾੜਾ ਜਿਹਾ ਹੁੰਦਾ ਤਾਂ ਰੋਟੀ ਰੋਟੀ ਖਾ ਕੇ ਫਿਰ ਘਲਾ ਦਿੰਦਾ ਵਾ ਕਿੱਥੇ ਟੱਕਰੋਗੇ ਚੱਲ ਠੀਕ ਹੈ ਚੰਗਾ ਓਕੇ ਕੀ ਗੱਲ ਹੋਈ ਉਹ ਇਹਦੇ ਦੋਸਤ ਦਾ ਫੋਨ ਹੀ ਜਿਹੜਾ ਭਰਤੀ ਹੋਇਆ ਨਾਲ ਇਹਦੇ ਅੱਛਾ ਅੱਛਾ ਉਹ ਆਉਂਦਾ ਕਿ ਮੈਡੀਕਲ ਕੱਲ ਨੂੰ ਆ ਮਨੇਰ ਸਵਖਤੇ ਸ਼ੁਰੂ ਹੋ ਜਾਣਾ ਵਾ ਅੱਛਾ ਤੇ ਪੈਂਡਾ ਦੂਰ ਦਾ ਵਾ ਤੇ ਅੱਜ ਹੀ ਜਲਦੀ ਸ਼ਾਮ ਨੂੰ ਅਸੀਂ ਉੱਥੇ ਗੁਰਦੁਆਰਾ ਲੱਗ ਗਏ ਉੱਥੇ ਰਹਿ ਲਾਂਗੇ ਰਾਤ ਅੱਛਾ ਅੱਛਾ ਉਹਦਾ ਇਰਾਦਾ ਆਉਣਾ ਵੀ ਉਹਨਾਂ ਨੇ ਸਵੇਰੇ ਪਹੁੰਚਿਆ ਨਾ ਜਾਏ ਆ ਸਵੇਰੇ ਲੇਟ ਹੋ ਜਾਣਾ ਸੀ ਫਿਰ ਬੱਸਾਂ ਬੁੱਸਾਂ ਘੱਟ ਵੱਧ ਜਾਂਦੀਆਂ ਸਹੀ ਗੱਲ ਆ ਇਹ ਵੀ ਗੱਲ ਠੀਕ ਆ ਚੱਲ ਉੱਥੇ ਅੱਡੇ 'ਤੇ ਛੱਡਿਆ ਯਾਰ ਇਹਨੂੰ ਗਿਆ ਕਿੱਥੇ ਹੁਣ ਇੱਥੇ ਆਉਣਾ ਕਿਤੇ ਜਾਣਾ ਕਿੱਥੇ ਇਹਨੇ ਚੱਲ ਆਉਂਦਾ ਰੋਟੀ ਰੋਟੀ ਖਾ ਕੇ ਅਤੇ ਘਲਾ ਦੂ ਉਹਨੂੰ ਫਿਰ ਛੱਡ ਦੂੰਗਾ ਮੈਂ ਅੱਡੇ 'ਚ ਉਹਨੂੰ ਕੋਈ ਗੱਲ ਨਹੀਂ ਸ਼ਾਮ ਨੂੰ ਜਾਣਾ ਕੋਈ ਗੱਲ ਨਹੀਂ ਹਜੇ ਹੈਗਾ ਟਾਈਮ ਆਹੋ ਚਲੋ ਉੱਥੇ ਇਕੱਠੇ ਚੱਲ ਜਾਣਗੇ ਮੁੰਡੇ ਹੈ ਨਾ ਕੋਈ ਗੱਲ ਨਹੀਂ ਸਹੀ ਗੱਲ ਆ ਉੱਥੇ ਰਾਤ ਰਹਿ ਲੈਣਗੇ ਉਹਨਾਂ ਨੇ ਦੇਣੇ ਕਿਤੇ ਲੇਟ ਹੋ ਜਾਣਾ ਆਹੋ ਤਾਂ ਗੁਰਦੁਆਰਾ ਸਾਹਿਬ ਲੱਗੇ ਜਾਂਦੇ ਉੱਥੇ ਰਹਿ ਲੈਣਗੇ ਰਾਤ ਚਲੋ ਕੋਈ ਗੱਲ ਨਹੀਂ ਇੱਦਾਂ ਹੀ ਕਰ ਲਓ ਕੋਈ ਨਹੀਂ ਆਉਂਦਾ ਤਾਂ ਮੈਂ ਘੱਲ ਦਿੰਦਾ ਉਹਨੂੰ ਚਲੋ ਠੀਕ ਹੈ ਘਲਾ ਦਿਓ ਫਿਰ ਥੋੜ੍ਹਾ ਬੜਾ ਸਮਾਨ ਲੈ ਕੇ ਆ ਜਾਂਦਾ ਉੱਧਰ ਜਸਵਿੰਦਰ ਹਾਂਜੀ ਉਹ ਗੱਲ ਸੁਣੀਆ ਇੱਕ ਮਿੰਟ ਕਿੱਥੇ ਆ ਪੁੱਤਰ ਉਹਨੂੰ ਆਵਾਜ਼ ਮਾਰ ਰਿਹਾ ਤੇ ਉਹਨੂੰ ਜਾਣਾ ਪੈਣਾ ਵਾ ਔਰ ਗੁਭੀਰ ਨੂੰ ਫੋਨ ਆਇਆ ਸੀ ਉਹ ਜਿਹੜੇ ਮੁੰਡੇ ਇਹਦੇ ਨਾਲ ਭਰਤੀ ਡਏ ਆ ਵੇਖਣ ਅੱਛਾ ਤੇ ਉਹ ਕਹਿੰਦੇ ਵੀ ਮੈਡੀਕਲ ਵਾਸਤੇ ਅੱਜ ਹੀ ਇੱਥੋਂ ਨਿਕਲਣਾ ਪੈਣਾ ਵਾ ਉਹ ਕਹਿੰਦੇ ਪੁੱਤਰ ਵੇ ਪੁੱਤਰ ਉਹ ਕਹਿੰਦੇ ਦੂਰ ਦਾ ਕੰਮ ਹੈ ਤੇ ਸਵੇਰੇ ਅਸੀਂ ਹੋ ਜਾਣਾ ਵਾ ਲੇਟ ਹਾਂਜੀ ਤੇ ਰਾਤ ਉੱਥੇ ਗੁਰਦੁਆਰਾ ਉਹ ਫੋਨ ਆਇਆ ਸੀ ਗੁਭੀਰ ਨੂੰ ਅੱਛਾ ਉਹ ਸ਼ਿੰਦਾ ਤੇ ਮੈਂ ਹੈ ਕੋ ਮੁੰਡਾ ਭਰਤੀ ਜੀ ਨਾ ਤੇ ਉਹਨੇ ਕਿਤੇ ਕੀਤਾ ਫੋਨ ਆਂਦਾ ਵੀ ਭਾਜੀ ਉਹਨੂੰ ਘੱਲੋ ਤੇ ਇੱਥੇ ਅੱਡੇ ਤੇ ਉਹਨੂੰ ਕਹਿੰਦਾ ਛੱਡ ਜਾਓ ਤੇ ਅਸੀਂ ਇੱਥੋਂ ਇਕੱਠੇ ਬਸੇ ਬਹਿ ਜਾਂਦੇ ਹਾਂ ਉਹ ਕਹਿੰਦਾ ਭਰਤੀ ਆਪਣਾ ਦੂਜਾ ਮੈਡੀਕਲ ਜਿਹੜਾ ਵਾ ਨਾ ਉਹ ਸਵੇਰੇ ਹੋ ਜਾਣਾ ਮੈਂ ਉਸ ਵਕਤ ਹੀ ਉਹਨਾਂ ਨੇ ਸਟਾਰਟ ਕਰ ਦੇਣਾ ਤੇ ਦੂਰ ਦਾ ਕੰਮ ਹੈ ਨਾ ਪਹੁੰਚਿਆ ਨਹੀਂ ਉਹ ਜਾਣਾ ਠੀਕ ਹੈ ਠੀਕ ਹੈ ਉਹਦਾ ਰਾਤ ਉੱਥੇ ਗੁਰਦੁਆਰਾ ਸਾਹਿਬ ਰਹਿ ਲਾਂਗੇ ਚੱਲ ਕੋਈ ਨਹੀਂ ਫਿਰ ਮੈਂ ਜਾਣਾ ਹੈਂ ਆਹੋ ਮੈਂ ਜਾਣਾ ਫਿਰ ਕੋਈ ਨਹੀਂ ਆਹੋ ਕੱਪੜਾ ਕੁਪੜਾ ਕੱਪੜਾ ਕੋਈ ਗੱਲ ਨਹੀਂ ਠੀਕ ਕੱਪੜੇ ਚੰਗੇ ਭਲੇ ਕੱਪੜਿਆਂ ਨੂੰ ਮੈਡੀਕਲ ਹੀ ਹੋਣਾ ਜਿੱਦਾਂ ਕਰ ਇਹਨੂੰ ਇੱਕ ਸੂਟ ਦੇ ਦੇ ਹੂੰ ਜਿੱਦਾਂ ਪਹਿਲਾਂ ਆਪਣਾ ਲੈ ਕੇ ਜਾਂਦਾ ਹੁੰਦਾ ਨਾਲ ਉਹ ਹੀ ਲੈ ਜੇ ਤੇ ਇਹਨੂੰ ਕਿਰਾਇਆ ਭਾੜਾ ਦੇ ਚੱਲ ਕੋਈ ਚੱਲ ਤੈਨੂੰ ਮੈਂ ਛੱਡ ਕੇ ਆਉਣਾ ਗੁਭੀਰ ਕੋਲ ਅੱਲੇ ਅਗਲਾ ਸਮਾਨ ਆਪਣਾ ਲਿਆ ਦਿੰਦੇ ਇੱਥੇ ਆਪੇ ਤੈਨੂੰ ਛੱਡ ਆਉਂਦਾ ਗਾ ਚੱਲ ਲਿਆ ਦੇ ਇਹਨੂੰ ਰਘਵੀਰ ਅੰਦਰ ਹੀ ਅੰਦਰ ਬੈਠਾ ਹਾਂਜੀ ਆ ਜਾਓ ਮੈਂ ਕਿਹਾ ਇਹਨੂੰ ਫਿਰ ਛੱਡਿਆ ਆਪਣਾ ਕਿਰਾਇਆ ਭਾੜਾ ਰੱਖ ਲਾ ਤੂੰ ਰੱਖ ਆਪਣਾ ਰੱਖ ਜਾਣਾ ਜੇ ਪਾ ਲਾ ਧਿਆਨ ਨਾ ਪਾਈ
ਚੱਲ ਕੋਈ ਨੀ ਕਿਰਾਇਆ ਭਾੜਾ ਹੈਗਾ ਹੀ ਆ ਚੱਲੀਏ ਫਿਰ ਕਿੰਨੇ ਲਏ ਆ 1000 ਰੁਪਈਆ ਤੇਰਾ ਵਾਧੂ ਫੇਰ ਨਹੀਂ ਚੱਲ ਚੱਲ ਫਿਰ ਮੈਂ ਕੋਈ ਬਸੇ ਭਾਲ ਕੇ ਆਉਂਗੀ ਫੋਨ ਚਾਹ ਪੀ ਜਾਂਦੇ